ਸਰ ਅੱਜ ਦੀ ਕੀ ਕਾਲ ਦਿੱਤੀ ਗਈ ਹੈ ਪੰਜਾਬ ਦੇ ਜੀ ਆਪਾਂ ਪੈਟਰੋਲ ਪੰਪ ਦੀ ਗੱਲ ਕਰੀਏ? ਅੱਜ ਦੀ ਕਾਲ ਹੈ ਕਿ ਅੱਜ ਜਿਹੜਾ ਆਪਾਂ ਡਿਪੂ ਤੇ ਜਿਹੜਾ ਤੇਲ ਹੈ ਉਹ ਨਹੀਂ ਚੱਕਣਾ, ਕਿਉਂਕਿ 7 ਸਾਲਾਂ ਦੇ ਸਾਡੀ ਜਿਹੜੀ ਹੈ ਕਮਿਸ਼ਨ ਬੜਾਈ ਨਹੀਂ ਗਈ ਅਤੇ ਜਿਹੜੀਆਂ ਤੇਲ ਦੀਆਂ ਰੇਟ ਹੈ ਉਹ ਡਬਲ ਹੋ ਗਏ ਅਤੇ ਸਾਡੀ ਕਮਿਸ਼ਨ ਇਹਨਾਂ ਨੇ ਵਧਾਈ ਨਹੀਂ। ਜਿਹੜੇ ਡੀਲਰ ਹੈ ਉਹਨਾਂ ਦਾ ਹਾਲਤ ਖਰਾਬ ਹੈ, ਉਹ ਕਰਜ਼ਾਈ ਹੋ ਗਿਆ ਜਿਹੜਾ ਹੈਗਾ। ਹਾਂਜੀ, ਯਾਨੀ ਕਿ ਰੇਟ ਡਬਲ ਹੋ ਗਏ, ਖਰਚੇ ਵੱਧ ਗਏ। ਹਾਂਜੀ, ਇਹੀ ਹਾਂਜੀ ਖਰਚੇ, ਹਾਂਜੀ ਖਰਚੇ ਵੱਧ ਗਏ ਅਤੇ ਕਮਿਸ਼ਨ 7 ਸਾਲਾਂ ਤੋਂ ਉਧਰ ਤੇ ਉਧਰ ਹੀ ਹੈ, ਉਧਰ ਤੋਂ ਉਧਰ ਹੀ। ਹਾਂਜੀ, ਤੇ ਸਟਾਕ ਹੈਗਾ ਹਜੇ ਜਾਂ ਫਿਰ ਲੱਗ ਰਿਹਾ ਤੁਹਾਨੂੰ ਦਿੱਕਤ ਆਉਣ ਵਾਲੀ? ਨਹੀਂ, ਹਜੇ ਤਾਂ ਸਟੋਕ ਹੈ ਤੇ ਆਉਣ ਵਾਲੀ 22 ਤਰੀਕ ਨੂੰ ਜਿਹੜਾ ਆਪਾਂ ਸੇਲ ਨਹੀਂ ਕਰਨਗੇ, ਯਾਨੀ ਕਿ ਨੋ ਸੇਲ ਦਾ। ਹਾਂਜੀ, ਨੋ ਸੇਲ। ਜੇਕਰ ਅੱਜ ਤੁਹਾਡੀ ਕੋਈ ਗੱਲਬਾਤ ਨਹੀਂ ਬਣਦੀ ਹੈ ਤਾਂ 22 ਤਰੀਕ ਨੂੰ ਆਪਾਂ ਪੰਪ ਬੰਦ ਰੱਖਾਂਗੇ। ਆਪ ਚ ਸਾਰੇ ਪੰਪ? ਹਾਂਜੀ, ਜਿੰਨੇ ਵੀ ਪੈਟਰੋਲ ਪੰਪ ਹੈ ਉਹ ਸਭ ਬੰਦ ਰਹਿਣਗੇ, ਸਾਰੀਆਂ ਕੰਪਨੀਆਂ। ਠੀਕ ਹੈ, ਸਾਰੀ ਕੰਪਨੀਆਂ ਦੇ। ਅਬ ਇਹਦੇ ਵਿੱਚ 2-3 ਅਹਿਮ ਚੀਜ਼ਾਂ ਨੇ, ਜਿੱਦਾਂ ਇਹਨਾਂ ਨੇ ਵੀ ਦੱਸਿਆ ਕਿ ਡੀਲਰ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ 7 ਸਾਲ ਹੋ ਚੁੱਕੇ ਨੇ ਲੇਕਿਨ ਨਾ ਪੈਟਰੋਲ ਦੇ ਵਿੱਚ ਨਾ ਡੀਜ਼ਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਵਧਾਇਆ ਗਿਆ, ਲੇਕਿਨ ਪਿਛਲੇ 7 ਸਾਲਾਂ 'ਚ ਕਾਫੀ ਪੈਟਰੋਲ 'ਚ ਵੀ ਕਾਫੀ ਵਾਧਾ ਹੋਇਆ, ਡੀਜ਼ਲ 'ਚ ਵੀ ਕਾਫੀ ਵਾਧਾ ਹੋਇਆ, ਇਹਨਾਂ ਦੇ ਖਰਚੇ ਵੀ ਵਧੇ, ਡਬਲ ਹੋ ਗਏ, ਲੇਕਿਨ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ। ਅੱਜ ਦੀ ਕੋਲ ਹੈ ਕਿ ਅੱਜ ਜਿਹੜਾ ਆਪਾਂ ਡਿਪੂ ਤੇ ਜਿਹੜਾ ਤੇਲ ਹੈ ਉਹ ਨਹੀਂ ਚੱਕਣਾ, ਕਿਉਂਕਿ 7 ਸਾਲਾਂ ਦੇ ਸਾਡੀ ਜਿਹੜੀ ਹੈ ਕਮਿਸ਼ਨ ਬੜਾਈ ਨਹੀਂ ਗਈ ਅਤੇ ਜਿਹੜੀਆਂ ਤੇਲ ਦੀਆਂ ਰੇਟ ਹੈ ਉਹ ਡਬਲ ਹੋ ਗਏ ਅਤੇ ਸਾਡੀ ਕਮਿਸ਼ਨ ਇਹਨਾਂ ਨੇ ਵਧਾਈ ਨਹੀਂ। ਜਿਹੜੇ ਡੀਲਰ ਹੈ ਉਹਨਾਂ ਦਾ ਹਾਲਤ ਖਰਾਬ ਹੈ, ਉਹ ਕਰਜ਼ਾਈ ਹੋ ਗਿਆ ਜਿਹੜਾ ਹੈਗਾ। ਹਾਂਜੀ, ਯਾਨੀ ਕਿ ਰੇਟ ਡਬਲ ਹੋ ਗਏ, ਖਰਚੇ ਵੱਧ ਗਏ। ਹਾਂਜੀ, ਇਹੀ ਹਾਂਜੀ ਖਰਚੇ, ਹਾਂਜੀ ਖਰਚੇ ਵੱਧ ਗਏ ਅਤੇ ਕਮਿਸ਼ਨ 7 ਸਾਲਾਂ ਤੋਂ ਉਧਰ ਤੇ ਉਧਰ ਹੀ ਹੈ, ਉਧਰ ਤੋਂ ਉਧਰ ਹੀ। ਹਾਂਜੀ, ਤੇ ਸਟਾਕ ਹੈਗਾ ਹਜੇ ਜਾਂ ਫਿਰ ਲੱਗ ਰਿਹਾ ਤੁਹਾਨੂੰ ਦਿੱਕਤ ਆਉਣ ਵਾਲੀ? ਨਹੀਂ, ਹਜੇ ਤਾਂ ਸਟੋਕ ਹੈ ਤੇ ਆਉਣ ਵਾਲੀ 22 ਤਰੀਕ ਨੂੰ ਜਿਹੜਾ ਆਪਾਂ ਸੇਲ ਨਹੀਂ ਕਰਨਗੇ, ਯਾਨੀ ਕਿ ਨੋ ਸੇਲ ਦਾ। ਹਾਂਜੀ, ਨੋ ਸੇਲ। ਜੇਕਰ ਅੱਜ ਤੁਹਾਡੀ ਕੋਈ ਗੱਲਬਾਤ ਨਹੀਂ ਬਣਦੀ ਹੈ ਤਾਂ 22 ਤਰੀਕ ਨੂੰ ਆਪਾਂ ਪੰਪ ਬੰਦ ਰੱਖਾਂਗੇ। ਆਪ ਚ ਸਾਰੇ ਪੰਪ? ਹਾਂਜੀ, ਜਿੰਨੇ ਵੀ ਪੈਟਰੋਲ ਪੰਪ ਹੈ ਉਹ ਸਭ ਬੰਦ ਰਹਿਣਗੇ, ਸਾਰੀਆਂ ਕੰਪਨੀਆਂ। ਠੀਕ ਹੈ, ਸਾਰੀ ਕੰਪਨੀਆਂ ਦੇ। ਅਬ ਇਹਦੇ ਵਿੱਚ 2-3 ਅਹਿਮ ਚੀਜ਼ਾਂ ਨੇ, ਜਿੱਦਾਂ ਇਹਨਾਂ ਨੇ ਵੀ ਦੱਸਿਆ ਕਿ ਡੀਲਰ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ 7 ਸਾਲ ਹੋ ਚੁੱਕੇ ਨੇ ਲੇਕਿਨ ਨਾ ਪੈਟਰੋਲ ਦੇ ਵਿੱਚ ਨਾ ਡੀਜ਼ਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਵਧਾਇਆ ਗਿਆ, ਲੇਕਿਨ ਪਿਛਲੇ 7 ਸਾਲਾਂ 'ਚ ਕਾਫੀ ਪੈਟਰੋਲ 'ਚ ਵੀ ਕਾਫੀ ਵਾਧਾ ਹੋਇਆ, ਡੀਜ਼ਲ 'ਚ ਵੀ ਕਾਫੀ ਵਾਧਾ ਹੋਇਆ, ਇਹਨਾਂ ਦੇ ਖਰਚੇ ਵੀ ਵਧੇ, ਡਬਲ ਹੋ ਗਏ, ਲੇਕਿਨ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ। ਅੱਜ ਦੀ ਕੋਲ ਹੈ ਕਿ ਅੱਜ ਜਿਹੜਾ ਆਪਾਂ ਡਿਪੂ ਤੇ ਜਿਹੜਾ ਤੇਲ ਹੈ ਉਹ ਨਹੀਂ ਚੱਕਣਾ, ਕਿਉਂਕਿ 7 ਸਾਲਾਂ ਦੇ ਸਾਡੀ ਜਿਹੜੀ ਹੈ ਕਮਿਸ਼ਨ ਬੜਾਈ ਨਹੀਂ ਗਈ ਅਤੇ ਜਿਹੜੀਆਂ ਤੇਲ ਦੀਆਂ ਰੇਟ ਹੈ ਉਹ ਡਬਲ ਹੋ ਗਏ ਅਤੇ ਸਾਡੀ ਕਮਿਸ਼ਨ ਇਹਨਾਂ ਨੇ ਵਧਾਈ ਨਹੀਂ। ਜਿਹੜੇ ਡੀਲਰ ਹੈ ਉਹਨਾਂ ਦਾ ਹਾਲਤ ਖਰਾਬ ਹੈ, ਉਹ ਕਰਜ਼ਾਈ ਹੋ ਗਿਆ ਜਿਹੜਾ ਹੈਗਾ। ਹਾਂਜੀ, ਯਾਨੀ ਕਿ ਰੇਟ ਡਬਲ ਹੋ ਗਏ, ਖਰਚੇ ਵੱਧ ਗਏ। ਹਾਂਜੀ, ਇਹੀ ਹਾਂਜੀ ਖਰਚੇ, ਹਾਂਜੀ ਖਰਚੇ ਵੱਧ ਗਏ ਅਤੇ ਕਮਿਸ਼ਨ 7 ਸਾਲਾਂ ਤੋਂ ਉਧਰ ਤੇ ਉਧਰ ਹੀ ਹੈ, ਉਧਰ ਤੋਂ ਉਧਰ ਹੀ। ਹਾਂਜੀ, ਤੇ ਸਟਾਕ ਹੈਗਾ ਹਜੇ ਜਾਂ ਫਿਰ ਲੱਗ ਰਿਹਾ ਤੁਹਾਨੂੰ ਦਿੱਕਤ ਆਉਣ ਵਾਲੀ? ਨਹੀਂ, ਹਜੇ ਤਾਂ ਸਟੋਕ ਹੈ ਤੇ ਆਉਣ ਵਾਲੀ 22 ਤਰੀਕ ਨੂੰ ਜਿਹੜਾ ਆਪਾਂ ਸੇਲ ਨਹੀਂ ਕਰਨਗੇ, ਯਾਨੀ ਕਿ ਨੋ ਸੇਲ ਦਾ। ਹਾਂਜੀ, ਨੋ ਸੇਲ। ਜੇਕਰ ਅੱਜ ਤੁਹਾਡੀ ਕੋਈ ਗੱਲਬਾਤ ਨਹੀਂ ਬਣਦੀ ਹੈ ਤਾਂ 22 ਤਰੀਕ ਨੂੰ ਆਪਾਂ ਪੰਪ ਬੰਦ ਰੱਖਾਂਗੇ। ਆਪ ਚ ਸਾਰੇ ਪੰਪ? ਹਾਂਜੀ, ਜਿੰਨੇ ਵੀ ਪੈਟਰੋਲ ਪੰਪ ਹੈ ਉਹ ਸਭ ਬੰਦ ਰਹਿਣਗੇ, ਸਾਰੀਆਂ ਕੰਪਨੀਆਂ। ਠੀਕ ਹੈ, ਸਾਰੀ ਕੰਪਨੀਆਂ ਦੇ। ਅਬ ਇਹਦੇ ਵਿੱਚ 2-3 ਅਹਿਮ ਚੀਜ਼ਾਂ ਨੇ, ਜਿੱਦਾਂ ਇਹਨਾਂ ਨੇ ਵੀ ਦੱਸਿਆ ਕਿ ਡੀਲਰ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ 7 ਸਾਲ ਹੋ ਚੁੱਕੇ ਨੇ ਲੇਕਿਨ ਨਾ ਪੈਟਰੋਲ ਦੇ ਵਿੱਚ ਨਾ ਡੀਜ਼ਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਵਧਾਇਆ ਗਿਆ, ਲੇਕਿਨ ਪਿਛਲੇ 7 ਸਾਲਾਂ 'ਚ ਕਾਫੀ ਪੈਟਰੋਲ 'ਚ ਵੀ ਕਾਫੀ ਵਾਧਾ ਹੋਇਆ, ਡੀਜ਼ਲ 'ਚ ਵੀ ਕਾਫੀ ਵਾਧਾ ਹੋਇਆ, ਇਹਨਾਂ ਦੇ ਖਰਚੇ ਵੀ ਵਧੇ, ਡਬਲ ਹੋ ਗਏ, ਲੇਕਿਨ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ।